ਕੰਧ ਚ ਪਾੜ ਲਗਾ ਕੇ 8 ਤੋਲੇ ਸੋਨਾ ਕੀਤਾ ਚੋਰੀ। ਘਰ ਚ ਪਏ ਕੱਪੜੇ ਵੀ ਨਹੀਂ ਬਖਸ਼ੇ ਚੋਰਾਂ ਨੇ। ਮੌਕੇ ਤੋਂ ਚੋਰੀ ਕਰਕੇ ਹੋ ਗਏ ਫਰਾਰ। ਚੋਰਾਂ ਦੇ ਵੱਲੋਂ ਰਾਤ ਨੂੰ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਇਹਨਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿੱਥੇ ਕੰਧ ਦੇ ਵਿੱਚ ਪਾੜ ਲਗਾ ਕੇ ਪਹਿਲਾਂ ਤਾਂ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਫਿਰ ਅੰਦਰ ਪਏ 8 ਤੋਲੇ ਦੇ ਕਰੀਬ ਸੋਨਾ ਚੋਰੀ ਕਰਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਸਵੇਰੇ ਜਿਵੇਂ ਹੀ ਪਰਿਵਾਰ ਉੱਠਦਾ ਹੈ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ, ਜਿੱਥੇ ਸੁੱਤੇ ਪਏ ਪਰਿਵਾਰ ਪਿੱਛੋਂ ਚੋਰਾਂ ਦੇ ਵੱਲੋਂ ਵੱਡੀ ਵਾਰਦਾਤ ਕਰ ਦਿੱਤੀ ਜਾਂਦੀ ਹੈ। ਤਾਂ ਇਸ ਸੰਬੰਧੀ ਪਰਿਵਾਰ ਨੇ ਦੱਸਿਆ ਕਿ ਇਹਨਾਂ ਚੋਰਾਂ ਦੇ ਵੱਲੋਂ 8 ਤੋਲੇ ਸੋਨੇ ਤੋਂ ਇਲਾਵਾ 20,000 ਰੁਪਏ ਕੈਸ਼ ਅਤੇ ਘਰ ਦੇ ਵਿੱਚ ਪਏ ਕਈ ਕੱਪੜੇ ਵੀ ਇਹਨਾਂ ਦੇ ਵੱਲੋਂ ਚੋਰੀ ਕਰ ਲਏ ਗਏ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਚੋਰਾਂ ਦੇ ਵੱਲੋਂ ਇਸ ਕੰਧ ਦੇ ਵਿੱਚ ਪਾੜ ਲਗਾ ਕੇ ਪੂਰੀ ਵਾਰਦਾਤ ਕੀਤੀ ਗਈ ਹੈ। ਤਾਂ ਇਹ ਘਰ ਦੇ ਅੰਦਰ ਦੀਆਂ ਤਸਵੀਰਾਂ ਨੇ ਜਿੱਥੇ ਚੋਰਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਦੱਸ ਦਈਏ ਕਿ ਇਸ ਚੋਰੀ ਦੇ ਵਿੱਚ ਉਹਨਾਂ ਦੇ ਵੱਲੋਂ 8 ਤੋਲੇ ਸੋਨੇ ਤੋਂ ਇਲਾਵਾ ਘਰ ਦੇ ਵਿੱਚ ਪਏ ਕੱਪੜੇ ਵੀ ਨਹੀਂ ਛੱਡੇ, ਉਹ ਵੀ ਆਪਣੇ ਨਾਲ ਲੈ ਕੇ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਤਾਂ ਪੁਲਿਸ ਦੇ ਵੱਲੋਂ ਹੁਣ ਇਹਨਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰੈਸ ਕਰਤਵ ਬੀਕੇ ਜੁਗਾਦੀ, ਕੀ ਕਹਿਣਾ ਚਾਹੁੰਦੇ? ਅੱਜ ਸਾਡੇ ਪਿੰਡ ਜਲੂਰ ਵਿਖੇ ਇੱਕ ਸਾਡਾ ਕਿਸਾਨ ਭਰਾ ਹੈ ਕੇਵਲ ਸਿੰਘ, ਉਹਦੇ ਘਰ ਰਾਤ ਤਕਰੀਬਨ 2 ਵਜੇ ਦੇ ਕਰੀਬ ਚੋਰੀ ਹੋਈ ਹੈਗੀ, ਜਿਹਦੇ ਵਿੱਚ ਸਵੇਰੇ ਪਤਾ ਲੱਗਿਆ ਪਰਿਵਾਰ ਨੂੰ ਵੀ ਸਾਡਾ 8 ਤੋਲੇ ਸੋਨਾ, 20,000 ਨਗਦੀ ਅਤੇ ਬਹੁਤ ਸਾਰੇ ਇਹਨਾਂ ਦੇ ਕੀਮਤੀ ਕੱਪੜੇ ਜਾਂ ਹੋਰ ਗਹਿਣੇ ਵਗੈਰਾ ਜਿਹੜੇ ਪਏ ਸੀ ਉਹ ਚੋਰਾਂ ਵੱਲੋਂ ਘਰ ਦੀ ਬੈਕ ਸਾਈਡ ਤੋਂ ਦੀ ਪਾੜ ਲਾ ਕੇ ਜਿਹੜਾ ਉਹ ਅੰਜਾਮ ਦਿੱਤਾ ਗਿਆ। ਨੁਕਸਾਨ ਤਕਰੀਬਨ 8-10 ਲੱਖ ਰੁਪਏ ਦਾ ਪਰਿਵਾਰ ਦਾ ਜਿਹੜਾ ਹੋ ਚੁੱਕਿਆ ਜੀ। ਛੋਟਾ ਕਿਸਾਨ ਹੈ, ਬੜੀ ਵੱਡੀ ਮਾਰ ਜਿਹੜੀ ਹੈ ਪਈ ਹੈ ਪਰਿਵਾਰ ਤੇ। ਜ਼ਮੀਨ 2-2.5 ਏਕੜ ਹੈ ਜੀ ਕੇਵਲ ਸਿੰਘ ਕੋਲ। ਮੰਗ ਪ੍ਰਸ਼ਾਸਨ ਤੋਂ ਜੀ ਵੀ ਪੂਰੀ ਤਨਦੇਹੀ ਨਾਲ ਇਹਦੀ ਜਿਹੜੀ ਜਾਂਚ ਕੀਤੀ ਜਾਵੇ ਤੇ ਪਰਿਵਾਰ ਨੂੰ ਜਿਹੜਾ ਬਣਦਾ ਇਨਸਾਫ ਦਿੱਤਾ ਜਾਵੇ, ਕਿਉਂਕਿ ਕਿਸਾਨੀ ਤਾਂ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਰਜ਼ੇ ਦੀ ਮਾਰ ਹੇਠ ਆਰਥਿਕ ਤੰਗੀ ਤੋਂ ਗੁਜ਼ਰ ਰਹੀ ਹੈਗੀ। ਪਰ ਛੋਟੇ ਜ਼ਿਮੀਦਾਰ ਤੇ ਏਡੀ ਵੱਡੀ ਮਾਰ ਪੈ ਜਾਣੀ, ਮੈਨੂੰ ਲੱਗਦਾ ਵੀ ਉਹ ਸਾਰੀ ਉਮਰ ਪਾੜਾ ਜਿਹੜਾ ਵਲਦਾ ਨਹੀਂ ਹੈਗਾ। ਪ੍ਰਸ਼ਾਸਨ ਇਹਦੀ ਪੂਰੀ ਤਨਦੇਹੀ ਦੇ ਨਾਲ ਜਾਂਚ ਕਰੇ ਤੇ ਪਰਿਵਾਰ ਨੂੰ ਜਿਹੜਾ ਬਣਦਾ ਇਨਸਾਫ ਹੈ ਉਹ ਜਲਦ ਤੋਂ ਜਲਦ ਮਿਲਣਾ ਚਾਹੀਦਾ। ਸ਼ੱਕੀ ਦਾਣਾ ਮੰਡੀ ਦੇ ਸਾਹਮਣੇ ਘਰ ਹੈ ਜੀ ਇਹਨਾਂ ਦੇ, ਅਕਸਰ ਇੱਥੇ ਲੋਕ ਆਉਂਦੇ ਰਹਿੰਦੇ। ਪਰ ਜਿਸ ਤਰ੍ਹਾਂ ਦੇਖਣ ਦੀ ਗੱਲ ਹੈ ਵੀ ਕੁਝ ਉਪਰੇ ਬੰਦੇ ਇੱਥੇ 3-4 ਦਿਨ ਪਹਿਲਾਂ ਦੇਖੇ ਗਏ ਹੈਗੇ ਤੇ ਹੋ ਸਕਦਾ ਵੀ ਉਹਨਾਂ ਨੇ ਕੋਈ ਵੇਖੀ ਵਗੈਰਾ ਜਾਂ ਇੱਥੇ ਦੇਖਿਆ ਹੋਵੇ ਵੀ ਤਾਂ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਘਰ ਦੀ ਬੈਕ ਸਾਈਡ ਤੋਂ ਵੀ ਖੇਤ ਵਿੱਚ। ਖੇਤ ਤਕਰੀਬਨ 8 ਫੁੱਟ 8-9 ਫੁੱਟ ਲੱਗ ਗਏ ਨੀਮ ਹੈ ਜੀ। ਹਾਂਜੀ, ਤੇ ਕਮਰੇ 3 ਕਮਰਿਆਂ ਦੇ ਵਿੱਚ ਪਾੜ ਲੱਗਿਆ ਜੀ। ਇਹਦੇ ਭਰਾ ਨੇ ਨਾਲ ਦਰਸ਼ਨ ਸਿੰਘ ਉਹਨਾਂ ਦੇ ਵੀ ਪਾੜ ਲਾਇਆ, ਉੱਥੋਂ ਨਹੀਂ ਕੁਝ ਉਹਨਾਂ ਦੇ ਹੱਥ ਆਇਆ। ਤਾਂ ਇੱਧਰ ਕੇਵਲ ਸਿੰਘ ਦੇ ਘਰ ਆ ਕੇ ਇਹਨਾਂ ਨੇ ਬੈਡਰੂਮ ਦੇ ਵਿੱਚ ਪਾੜ ਲਾਇਆ, ਉੱਥੋਂ ਵੀ ਨਹੀਂ ਇਹਨਾਂ ਦੇ ਹੱਥ ਕੁਛ ਆਇਆ। ਫਿਰ ਇਹਨਾਂ ਨੇ ਤੀਸਰੇ ਕਮਰੇ ਦੇ ਵਿੱਚ ਜਾ ਕੇ ਜਿੱਥੇ ਇਹਨਾਂ ਦਾ ਸਟੋਰ ਰੂਮ ਸੀ ਉਹਦੇ ਵਿੱਚ ਪੇਟੀਆਂ ਵਗੈਰਾ ਪਈਆਂ ਸੀ, ਉੱਥੇ ਆ ਕੇ ਇਹਨਾਂ ਨੇ ਦੇਖਿਆ ਤਾਂ ਉੱਥੋਂ ਇਹ ਤਕਰੀਬਨ ਨਗਦੀ ਤੇ ਸੋਨਾ 8-9 ਤੋਲੇ ਇਹਨਾਂ ਦੇ ਕੀਮਤੀ ਕੱਪੜੇ ਸੀ ਜਿਹੜੇ ਬੇਟੇ ਦੇ ਵਿਆਹ ਵਾਸਤੇ ਬਣਾ ਕੇ ਰੱਖੇ ਸੀ ਉਹ ਸਾਰੇ ਜਿਹੜੇ ਉਹ ਲੈ ਗਏ। ਹਾਂਜੀ ਹਾਂ, ਉਹ ਸਾਰਾ ਜੋ ਵਿਆਹ ਵਾਸਤੇ ਸਮਾਨ ਇਹਨਾਂ ਨੇ ਤਿਆਰ ਕੀਤਾ ਸੀ ਤਕਰੀਬਨ ਹਾਂਜੀ ਹਾਂ ਤਕਰੀਬਨ 8-10 ਲੱਖ ਦੀ ਜਿਹੜੀ ਹੈ ਮਾਰ ਪਰਿਵਾਰ ਤੇ ਪਈ ਹੈ, ਗਰੀਬ ਪਰਿਵਾਰ ਹੈ। ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦੀ ਜਲਦ ਤੋਂ ਜਲਦ ਜਾਂਚ ਕਰਕੇ ਜਿਹੜਾ ਬਣਦਾ ਇਨਸਾਫ ਹੈ ਪਰਿਵਾਰ ਨੂੰ ਦਿੱਤਾ ਜਾਣਾ ਚਾਹੀਦਾ। ਮੇਰਾ ਪਿੰਡ ਜਲੂਰ ਹੈ ਜੀ, ਜ਼ਿਲ੍ਹਾ ਬਰਨਾਲਾ ਜੀ। ਅਸੀਂ ਇਹ ਕਹਿੰਦੇ ਜੀ ਸਾਡੇ ਮਤਲਬ ਚਾਚਾ ਜੀ ਨੇ ਕਿਹਨਾਂ ਦੇ ਘਰੇ ਚੋਰੀ ਹੋਈ ਆ, ਠੀਕ ਹੈ ਜੀ। ਰਾਤ ਮਤਲਬ 1:30-2 ਵਜੇ ਦੀ ਗੱਲ ਆ ਜੀ।
ਤੇ ਕਾਫੀ ਨੁਕਸਾਨ ਹੋਇਆ ਜੀ ਇਹਨਾਂ ਦਾ। ਸਿਉਣਾ ਲੈ ਗਈ ਨਾ, ਕੱਪੜਾ ਨਗਦੀ ਲੈ ਗਈ ਜੀ। ਠੀਕ ਹੈ ਜੀ, ਇਹਦੇ ਮਤਲਬ ਇਹ 5-6 ਬੰਦਿਆਂ ਦਾ ਪ੍ਰੋਜੈਕਟ ਆ ਜੀ ਇਹ। ਪਹਿਲਾਂ ਰੈਕੀ ਕਰੀ ਗਈ, ਰੈਕੀ ਕਰਕੇ ਬਾਅਦ 'ਚ ਇਹ ਮਤਲਬ ਇਹ ਕੰਮ ਕੀਤਾ ਗਿਆ ਜੀ। ਅਸੀਂ ਇਹ ਪ੍ਰਸ਼ਾਸਨ ਨੂੰ ਕਹਿੰਦੇ ਜੀ ਜਲਦੀ ਤੋਂ ਜਲਦੀ ਇਹਨਾਂ 'ਤੇ ਕਾਰਵਾਈ ਕਰੀ ਜਾਵੇ। ਠੀਕ ਹੈ, ਇਹਨਾਂ ਦਾ ਕਿਹੜਾ ਸਮਾਨ ਉਹ ਵਾਪਸ ਕੀਤਾ ਜਾਵੇ ਜੀ। ਇੱਕ ਘਰੇਲੂ ਪਰਿਵਾਰ ਆ ਜੀ, ਕਿਸਾਨ ਪਰਿਵਾਰ ਆ ਜੀ। ਠੀਕ ਹੈ ਜੀ, ਅਤੇ ਬਹੁਤੇ ਕੋਈ ਐਡੇ ਬੰਦੇ ਵੀ ਸਾਦੇ ਬੰਦੇ ਨੇ ਜੀ, ਵੀ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਜੀ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿੱਤਾ ਜਾਵੇ, ਇਨਵੈਸਟੀਗੇਸ਼ਨ ਕਰਕੇ ਸਾਰਾ ਕੁਛ ਇਹਨਾਂ ਦਾ ਸਮਾਨ ਵਾਪਸ ਕੀਤਾ ਜਾਵੇ। ਲਗਾਤਾਰ ਚੋਰੀਆਂ ਵੱਧ ਰਹੀਆਂ ਹੈਗੀਆਂ, ਨਿਸ਼ਾਨਾ ਬਣਾਇਆ ਜਾ ਰਿਹਾ, ਕੀ ਕਹਿਣਾ ਚਾਹੁੰਦੇ? ਇਹੀ ਗੱਲ ਜੀ, ਇਹ ਆਪਣੇ ਹੁਣ ਪਿੰਡਾਂ ਦੇ ਵਿੱਚ ਆਮ ਹੀ ਥੋੜ੍ਹੇ ਜਿਹੇ ਨਸ਼ੇ ਵੱਧ ਗਏ ਜੀ। ਠੀਕ ਹੈ ਜੀ, ਇਹੀ ਆ, ਪ੍ਰਸ਼ਾਸਨ ਨੂੰ ਵੀ ਇਹ 'ਤੇ ਰੋਕ ਪਾਈ ਜਾਵੇ ਜੀ। ਬਸ ਕੈਮਰੇ ਵਗੈਰਾ ਲੱਗੇ ਹੋਏ ਸੀ ਕੋਈ ਜੀ? ਕੈਮਰੇ ਜੀ ਪਿੰਡ ਦੇ ਵਿੱਚ ਨਹੀਂ ਲੱਗੇ ਜੀ। ਕਿੰਨਾ ਕਿੰਨੇ ਕੁ ਤੋਲੇ ਸੋਨਾ ਲੈ ਗਏ ਅਤੇ ਕੋਈ ਨਗਦੀ ਕਿੰਨੀ ਕੁ ਲੈ ਗਏ? 8 ਤੋਲੇ ਦੱਸਦੇ ਜੀ, ਪਰਿਵਾਰ ਕਹਿੰਦੇ ਵੀ ਲੈ ਗਏ ਅਤੇ 20,000 ਰੁਪਇਆ ਨਗਦ ਲੈ ਗਏ ਜੀ। ਕੁੱਲ ਕਿੰਨਾ ਕੁ ਨੁਕਸਾਨ ਹੋ ਗਿਆ? ਮਤਲਬ ਲਾ ਲਓ ਜੀ ਤੁਸੀਂ ਮਤਲਬ 7-8 ਲੱਖ ਦਾ ਮਤਲਬ ਵਿੱਚ ਹੀ ਕੱਪੜੇ ਪਾ ਕੇ ਵੀ ਹੈਗਾ ਜੀ। ਪਰਿਵਾਰ ਕਿੱਥੇ ਸੀ ਜਦੋਂ ਚੋਰੀ ਹੋਈ? ਪਰਿਵਾਰ ਇੱਥੇ ਸੀ ਘਰੇ, ਬਸ ਮਤਲਬ ਪਏ ਸੀ ਰਾਤ ਨੂੰ ਜੀ। ਕੋਈ ਇਹੋ ਜਿਹੇ ਮਤਲਬ ਸਪਰੇ ਵਗੈਰਾ ਜਾਂ ਕੋਈ ਮਤਲਬ ਛਿੜਕੀ ਗਈ ਪੱਖੇ ਮੂਹਰੇ ਜੀ? ਪਹਿਲਾਂ ਨਾਲ ਵਾਲੇ ਘਰ ਦੇ ਵਿੱਚ ਵੀ ਕੁਛ ਕਰਕੇ ਗਏ ਆ? ਇੱਧਰ ਹੀ ਮਤਲਬ ਗਏ ਸੀ ਵੀ, ਉੱਧਰ ਕੁਛ ਕੀਤਾ ਨਹੀਂ ਉਹਨਾਂ ਨੇ, ਬਸ ਇੱਕ ਟਰੰਕ ਜਾਂ ਮਤਲਬ ਚੋਰੀ ਮਤਲਬ ਫੋਲ ਕੇ ਜੀ ਚਲੇ ਗਏ ਜੀ। ਪੁਲਿਸ ਪ੍ਰਸ਼ਾਸਨ ਪਹੁੰਚੇ ਸੀ? ਹਾਂ, ਪ੍ਰਸ਼ਾਸਨ ਆਇਆ ਸੀ ਸਵੇਰੇ ਜੀ, ਉਹ ਕਾਰਵਾਈ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਜੀ ਉਹਨਾਂ ਨੇ। ਹਾਂਜੀ, ਰਾਤ 2 ਵਜੇ ਦੀ ਗੱਲ ਆਈ ਅਤੇ ਇਹਦੇ ਵਿੱਚ 8 ਤੋਲੇ ਸੋਨਾ ਅਤੇ 20,000 ਰੁਪਇਆ ਨਗਦੀ ਅਤੇ ਕੰਧ ਵਿੱਚ 2 ਪਾੜ ਲਾਏ ਨੇ ਅਤੇ ਰਾਤ 2 ਵਜੇ ਚੋਰੀ ਕਰਕੇ ਲੱਗੇ। ਕਿੰਨੇ ਵਜੇ ਪਤਾ ਕਿਵੇਂ ਲੱਗਿਆ ਤੁਹਾਨੂੰ? ਸਾਨੂੰ ਤਾਂ ਸਵੇਰੇ 5:30 ਪਤਾ ਲੱਗਿਆ ਜੀ। ਖੜਕਾ ਵਗੈਰਾ ਹੋਇਆ ਰਾਤ? ਰਾਤ 2 ਵਜੇ ਇੱਕ ਵਾਰੀ ਖੜਕਾ ਹੋਇਆ ਅਤੇ ਉਦੋਂ ਅਸੀਂ ਉੱਠ ਕੇ ਬਾਹਰੇ ਗੇੜਾ ਮਾਰ ਕੇ ਫੇਰ ਸੌਂ ਗਏ। ਸ਼ੱਕ ਹੈਗਾ ਤੁਹਾਨੂੰ ਕੋਈ? ਤੇ ਸ਼ੱਕ 2-3 ਬੰਦੇ ਉੱਪਰ ਫਿਰਦੇ ਸੀਗੇ ਅਤੇ ਉਹਨਾਂ ਦੇ ਸ਼ੱਕ ਹੈ ਜੀ। ਕਿੰਨੇ ਦਿਨ ਪਹਿਲਾਂ? 3-4 ਦਿਨ ਹੋ ਗਏ ਜੀ ਰੇਕੀ ਕਰਦਾ। ਇਹ ਗਿਆਨੇ ਰੋਡ 'ਤੇ ਜੀ, ਦਾਣਾ ਮੰਡੀ। ਜ਼ਰੂਰ ਪੁਲਿਸ ਪ੍ਰਸ਼ਾਸਨ ਆਇਆ ਸੀਗਾ ਜੀ ਅਤੇ ਉਹਨਾਂ ਨੂੰ ਕਿਹਾ ਜੀ ਕਾਰਵਾਈ ਕਰਨ। ਵੱਧ ਸੀ 8-9 ਫੁੱਟ ਹੈਗੀ ਜਗ੍ਹਾ। ਅਮਰਜੀਤ ਸਿੰਘ ਵਾਸੀ ਦਰਬਾਰੀ ਪੱਤੀ ਜਲੂਰ ਦੇ ਘਰੇ ਪਿੱਛੋਂ ਪਾੜ ਲਾ ਕੇ ਚੋਰੀ ਹੋਈ ਹੈ। ਇਸ ਦੇ ਮੌਕੇ ਤੇ 112 ਟੀਮ ਵੀ ਪਹੁੰਚੀ ਸਾਡੇ, ਅਸੀਂ ਪਹੁੰਚੇ ਮੌਕੇ ਜਾ ਕੇ ਦੇਖਿਆ ਵੀ ਘਰ ਦੇ ਸਾਰੇ ਮੈਂਬਰ ਘਰੇ ਸੁੱਤੇ ਪਏ ਸੀ, ਜਿਸ ਦੇ ਬਾਵਜੂਦ ਵੀ ਪਿੱਛੇ ਖੇਤ ਝੋਨੇ ਸੀ ਉੱਥੋਂ ਪਾੜ ਲਾ ਕੇ ਚੋਰੀ ਕੀਤੀ ਗਈ ਹੈ। ਉਹਦਾ ਬਿਆਨ ਲਿਖ ਕੇ ਅਸੀਂ ਜੋ ਕਾਰਵਾਈ ਹੋ ਰਹੀ ਹੈ ਨਾਲ ਦੇ ਆਲੇ ਦੁਆਲੇ CCTV ਕੈਮਰੇ ਚੈੱਕ ਕਰ ਰਹੇ ਹਾਂ, ਅਸੀਂ ਡੌਗ ਸਕੁਆਡ ਨਾਲ ਉੱਥੇ ਦੇਖ ਰਹੇ ਹਾਂ ਫਿੰਗਰਪ੍ਰਿੰਟ ਸਾਨੂੰ ਜਾਂ ਫੁੱਟਪ੍ਰਿੰਟਸ ਜੋ ਮਿਲਦੇ ਨੇ ਫੜ ਕੇ ਇਹਨਾਂ ਚੋਰਾਂ ਨੂੰ ਕਾਬੂ ਕਰਕੇ ਅਸੀਂ ਕਾਰਵਾਈ ਕਰਾਂਗੇ। ਦੇਖਣ 'ਚ ਆਇਆ ਕਿ ਉੱਥੇ ਪਿੱਛੇ 8 ਫੁੱਟ ਝੋਨਾ ਲੱਗਿਆ ਹੋਇਆ ਨੀਵਾਂ, ਮਤਲਬ ਕਿ ਉੱਥੇ ਵੀ ਕੀਤੀ ਗਈ ਹੈ ਚੋਰੀ, ਅਤੇ ਕਿੰਨੇ ਕੁ ਉਹਨਾਂ ਦਾ ਮਤਲਬ ਨੁਕਸਾਨ ਦੱਸਿਆ ਗਿਆ? 5-6 ਤੋਲੇ ਸੋਨੇ ਦੇ ਕਹਿੰਦਾ, 10-20 ਹਜ਼ਾਰ ਕੈਸ਼ ਦਾ ਕਹਿ ਰਿਹਾ, ਬਾਕੀ ਵਾਲੇ ਵੈਰੀਫਾਈ ਕਰ ਰਹੇ ਹਾਂ ਅਸੀਂ, ਜੋ ਸਾਡੇ ਸਟੇਟਮੈਂਟ ਲਿਖਾਊਗਾ ਉਹ ਅਨੁਸਾਰ ਜੈਸੀ ਕਾਰਵਾਈ ਹੋਊਗੀ ਉਸ ਪੱਤਰ ਦੇ ਕੇ ਅਸੀਂ
ਦੋਸ਼ੀਆਂ ਨੂੰ ਜਲਦੀ ਜਲਦੀ ਫੜਨ ਦੀ ਕੋਸ਼ਿਸ਼ ਕਰਾਂਗੇ। ਚੈੱਕ ਕਰ ਰਹੇ ਜੀ ਅਸੀਂ, ਸੀਸੀਟੀਵੀ ਕੈਮਰੇ ਆਲੇ ਦੁਆਲੇ ਲੱਗੇ ਹੋਏ ਨੇ ਕਿਤੇ, ਉਹ ਦੇਖ ਰਹੇ ਕੋਈ ਫੁਟੇਜ ਮਿਲਿਆ ਤਾਂ ਉਹਦੀ ਵਰਤੋਂ ਕਰਕੇ ਅਸੀਂ ਫੜਾਂਗੇ ਦੋਸ਼ੀਆਂ ਨੂੰ।